ਅੱਜ ਆਪਾਂ ਗੱਲ ਕਰਾਂਗੇ ਕਿਵੇਂ ਖਾਲਸੇ ਨੇ ਦਿੱਲੀ ਨੂੰ ਜਿੱਤਿਆ, ਕਿਵੇਂ ਸਿੰਘਾਂ ਨੇ ਦਿੱਲੀ ਨੂੰ ਫਤਿਹ ਕੀਤਾ, ਕਿਸ ਤਰ੍ਹਾਂ ਉਸ ਤਖਤੇ ਤਾਊਜ਼ ਨੂੰ ਜਿਹੜੇ ਤਖਤ ਨੇ ਸਾਡੇ ਤੇ ਬਹੁਤ ਸਾਰੇ ਬੇਸ਼ੁਮਾਰ ਜੁਰਮ ਕੀਤੇ ਹੈ, ਉਸ ਤਖਤ ਨੂੰ ਪੁੱਟ ਕੇ ਲਿਆ ਕੇ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਵਿਖੇ ਰੱਖ ਦਿੱਤਾ, ਕਿਵੇਂ ਉਹ ਤਖਤ ਘੋੜਿਆਂ ਦੇ ਪਿੱਛੇ ਘੜੀਸਦੇ ਹੋਏ ਲੈ ਕੇ ਆਏ, ਉਹ ਤਖਤ ਬਾਰੇ ਅੱਜ ਆਪਾਂ ਗੱਲ ਕਰਾਂਗੇ ਕਿ ਸਰਦਾਰ ਬਘੇਲ ਸਿੰਘ ਧਾਲੀਵਾਲ ਹੋਣਾ ਨੇ ਕਿਸ ਤਰ੍ਹਾਂ ਦਿੱਲੀ ਨੂੰ ਫਤਿਹ ਕੀਤਾ, ਕਿਵੇਂ ਖਾਲਸੇ ਦਾ ਜਿਹੜਾ ਧਵਜ ਹੈ ਝੰਡਾ ਹੈ ਉਹ ਦਿੱਲੀ ਲਾਲ ਕਿਲੇ ਦੇ ਉੱਤੇ ਝੁੱਲਿਆ। ਸ੍ਰੀ ਮੁਖਮਾਤ ਭਨੇ ਹੋ ਗਰੀਬ ਨਿਵਾਸ, ਸ਼ਸਤਰਨ ਕੇ ਅਧੀਨ ਹੈ ਰਾਜ, ਰਾਜ ਬਿਨਾ ਨਾ ਧਰਮ ਚਲੇ ਹੈ, ਧਰਮ ਬਿਨਾ ਸਭ ਰਹਿ ਮਲੇ ਹੈ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਾਹਿਬ ਸਿੰਘ, ਸਵਾਗਤ ਹੈ ਤੁਹਾਡਾ ਸਰਦਾਰ ਪ੍ਰੋ ਦੇ ਵਿੱਚ। ਦਿੱਲੀ ਜਿੱਤਣ ਦਾ ਜਿਹੜਾ ਕਿੱਸਾ ਹੈ ਉਹ ਸੁਣਨ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਏਗਾ ਕਿ ਉਸ ਵੇਲੇ ਪੰਜਾਬ ਦੇ ਮੌਜੂਦਾ ਹਾਲਾਤ ਕਿਵੇਂ ਦੇ, ਉਹ ਕਿੱਦਾਂ ਦੇ ਹਾਲਾਤ ਰਹੇ ਹੋਣਗੇ ਜਦੋਂ ਖਾਲਸਾ ਦਿੱਲੀ ਨੂੰ ਜਿੱਤਣ ਤੱਕ ਦੀ ਵੀ ਤਾਕਤ ਰੱਖਦਾ ਸੀ। ਉਸ ਵੇਲੇ ਖਾਲਸਾ ਰਾਜ ਜਿਹੜਾ ਉਹ ਮਿਸਲਾਂ ਦੇ ਵਿੱਚ ਵੰਡਿਆ ਹੋਇਆ ਸੀ। ਹੁਣ ਬਾਕੀ ਮਿਸਲਾਂ ਦੀ ਆਪਾਂ ਗੱਲ ਨਹੀਂ ਕਰਦੇ, ਆਪਾਂ ਕਰੋੜ ਸਿੰਘੀਆਂ ਮਿਸਲ ਬਾਰੇ ਗੱਲ ਕਰਾਂਗੇ, ਕਿਉਂਕਿ ਜਿਹੜਾ ਕਰੋੜ ਸਿੰਘੀਆਂ ਮਿਸਲ ਦਾ ਏਰੀਆ ਸੀ ਨਾ ਉਹ ਦਿੱਲੀ ਦੇ ਸਭ ਤੋਂ ਨੇੜੇ ਸੀਗਾ। ਕਰੋੜ ਸਿੰਘੀਆਂ ਮਿਸਲ ਦੇ ਉਸ ਵੇਲੇ ਦੇ ਆਗੂ ਸਰਦਾਰ ਬਘੇਲ ਸਿੰਘ ਸਨ, ਤੇ ਸਰਦਾਰ ਬਘੇਲ ਸਿੰਘ ਜੀ ਦਾ ਜਿਹੜਾ ਏਰੀਆ ਸੀ ਇਹਨਾਂ ਦੇ ਕੋਲ ਅੰਬਾਲਾ, ਕਰਨਾਲ, ਅਵਧ, ਸਹਾਰਨਪੁਰ ਤੱਕ ਦਾ ਏਰੀਆ, ਇਹ ਸਾਰਾ ਏਰੀਆ ਇਹਨਾਂ ਦੇ ਅੰਡਰ ਆਉਂਦਾ ਸੀ। ਇਹੀ ਏਰੀਆ ਸੀ ਜਿਹੜਾ ਦਿੱਲੀ ਦੇ ਸਭ ਤੋਂ ਨੇੜੇ ਲੱਗਦਾ ਸੀ। ਫਿਰ ਜਦੋਂ ਖਾਲਸੇ ਦੀ ਤਾਕਤ ਜਿਹੜੀ ਹੈ ਉਹ ਵੱਧਦੀ ਗਈ, ਉਸ ਵੇਲੇ ਦੇ ਖਾਲਸਾ ਰਾਜ ਦੇ ਵਿੱਚ ਇਹਨਾਂ ਮਿਸਲਾਂ ਦੇ ਵਿੱਚ ਜਿਹੜੇ ਵੱਡੇ ਜਰਨੈਲ ਸੀਗੇ ਉਹ ਜੱਸਾ ਸਿੰਘ ਰਾਮਗੜੀਆ, ਜੱਸਾ ਸਿੰਘ ਆਲੂਵਾਲੀਆ, ਸਰਦਾਰ ਬਘੇਲ ਸਿੰਘ, ਇਦਾਂ ਦੇ ਬਹਾਦਰ ਜਰਨੈਲ ਸੀ ਜਿਨ੍ਹਾਂ ਦੀ ਬਹਾਦਰੀ ਦਾ ਸਦਕਾ ਖਾਲਸੇ ਨੇ ਦਿੱਲੀ ਦਾ ਤਖਤ ਵੀ ਪੱਟ ਮਾਰਿਆ। ਮੈਂ ਪਹਿਲਾਂ ਇਹ ਦੱਸ ਦੇਵਾਂ ਕਿ ਖਾਲਸੇ ਨੇ ਇੱਕ ਵਾਰੀ ਨਹੀਂ, 1735 ਤੋਂ ਲੈ ਕੇ 1788 ਤੱਕ ਤਕਰੀਬਨ 15 ਵਾਰ ਖਾਲਸੇ ਨੇ ਦਿੱਲੀ ਨੂੰ ਫਤਿਹ ਕੀਤਾ। ਇਹ ਕੋਈ ਇੱਕ ਅੱਧੀ ਵਾਰੀ ਨਹੀਂ ਹੋਇਆ ਵੀ ਇੱਕ ਵਾਰ ਆਪਾਂ ਕਹਿ ਸਕਦੇ ਹਾਂ ਵੀ ਲੱਕ ਬਾਈ ਚਾਂਸ ਕਦੇ ਦਾ ਲੱਗ ਗਿਆ, ਨਹੀਂ, ਪੂਰੇ 15 ਵਾਰ ਖਾਲਸੇ ਦਾ ਨਿਸ਼ਾਨ ਸਾਹਿਬ ਦਿੱਲੀ ਲਾਲ ਕਿਲੇ ਤੇ ਝੁੱਲਿਆ। ਇਹ ਇਤਿਹਾਸ ਬੋਲਦਾ। ਦਿੱਲੀ ਨੂੰ ਫਤਿਹ ਕਰਨ ਤੋਂ ਪਹਿਲਾਂ ਸਰਦਾਰ ਬਘੇਲ ਸਿੰਘ ਜੀ ਜਿਹੜੇ ਹੈ ਉਹ ਸਰਦਾਰ ਜੱਸਾ ਸਿੰਘ ਆਲੂਵਾਲੀਆ ਹੋਰਾਂ ਨਾਲ, ਕਿਉਂਕਿ ਉਸ ਵੇਲੇ ਦੇ ਸਿੱਖ ਕੌਮ ਦੇ ਸਭ ਤੋਂ ਸੀਨੀਅਰ ਲੀਡਰ ਸਰਦਾਰ ਜੱਸਾ ਸਿੰਘ ਆਲੂਵਾਲੀਆ ਸੀ, ਉਹਨਾਂ ਦੇ ਨਾਲ ਮੀਟਿੰਗ ਕਰਦੇ ਹੈ ਤੇ ਆਖਰਕਾਰ 4 ਫਰਵਰੀ 1783 ਨੂੰ ਘੋੜਿਆਂ ਤੇ ਹਾਥੀਆਂ ਦੇ ਨਾਲ ਖਾਲਸਾ ਫੌਜ ਦਿੱਲੀ ਤਖਤ ਵੱਲ ਕੂਚ ਕਰ ਦਿੰਦੀ ਹੈ। ਉਸ ਵੇਲੇ ਦਾ ਹੁਣ ਦਿੱਲੀ ਦਾ ਜਿਹੜਾ ਬਾਦਸ਼ਾਹ ਉਹ ਹੈਗਾ ਜੀ ਸ਼ਾਹ ਆਲਮ ਦੂਜਾ। ਜਿਹੜਾ ਸ਼ਾਹ ਆਲਮ ਦੂਜਾ ਹੈ ਇਹ ਉਸ ਵੇਲੇ ਇੱਕ ਵਾਰ ਡਰ ਜਾਂਦਾ ਹੈ, ਡਿਠੰਬਰ ਜਾਂਦਾ ਹੈ, ਕਿਉਂਕਿ ਇਹਨੂੰ ਪੰਜਾਬ ਦੇ ਹਾਲਾਤ ਪਹਿਲਾਂ ਹੀ ਦਿਸਦੇ ਸੀ, ਖਾਲਸੇ ਦੀ ਚੜ੍ਹਦੀ ਕਲਾ ਤੋਂ ਇਹ ਪਹਿਲਾਂ ਹੀ ਹੌਲ ਜਾਂਦਾ ਹੈ। ਸੋ ਇਹ ਦਿੱਲੀ ਤਖਤ ਦਾ ਜਿਹੜਾ ਆਪਣਾ ਲਾਲ ਕਿਲਾ ਹੁੰਦਾ ਹੈ ਉਹਦੇ ਸਾਰੇ ਦਰਵਾਜ਼ੇ ਬੰਦ ਕਰ ਦਿੰਦਾ ਹੈ। ਤਾਂ ਉਸ ਵੇਲੇ ਜਦੋਂ ਖਾਲਸਾ ਫੌਜ ਤਕਰੀਬਨ 60,000 ਦੀ ਫੌਜ ਜਿਹੜੀ ਹੈ ਉਹ ਦਿੱਲੀ ਦੇ ਵਿੱਚ ਐਂਟਰ ਕਰ ਜਾਂਦੀ। ਹੁਣ ਦਿੱਲੀ ਦੇ ਵਿੱਚ ਐਂਟਰ ਕਰਦਿਆਂ ਹੀ ਖਾਲਸਾ ਫੌਜ ਨੂੰ 3 ਹਿੱਸਿਆਂ ਵਿੱਚ ਵੰਡ ਲਿਆ ਜਾਂਦਾ ਹੈ। ਸਰਦਾਰ ਬਘੇਲ ਸਿੰਘ ਹੋਰੀ ਕੀ ਕਰਦੇ ਹੈ, 5,000 ਫੌਜ ਨੂੰ ਮਜਨੂੰ ਕੇ ਟੀਲੇ ਤੇ ਰੁਕਣ ਵਾਸਤੇ ਕਹਿੰਦੇ ਹੈ ਤੇ 5,000 ਜਿਹੜੀ ਫੌਜ ਹੈ ਉਹ ਦਾਣਾ ਮੰਡੀ ਤੇ ਰੋਕ ਦਿੱਤੀ ਜਾਂਦੀ ਹੈ, ਬਾਕੀ 30,000 ਜਿਹੜੀ ਫੌਜ ਹੈ ਉਹ ਇੱਕ ਥਾਂ ਤੇ ਰੁਕੀ ਜਾਂਦੀ ਹੈ। ਉਸ ਥਾਂ ਨੂੰ ਅੱਜ ਵੀ ਉਹ ਥਾਂ ਅਵੇਲੇਬਲ ਹੈ ਦਿੱਲੀ ਦੇ ਵਿੱਚ ਹੈ ਮੌਜੂਦ, ਜਿੱਥੇ 30,000 ਕੋਟ ਬਣਿਆ ਹੋਇਆ ਉਹ ਇਸੇ ਯਾਦ ਦੇ ਵਿੱਚ ਬਣਿਆ ਹੋਇਆ ਵੀ ਇੱਥੇ 30,000 ਖਾਲਸਾ ਫੌਜ ਰੁਕੀ ਸੀ। ਹੁਣ ਜਦੋਂ 30,000 ਖਾਲਸਾ ਫੌਜ ਇੱਕ ਥਾਂ ਤੇ ਖੜੀ ਹੈ, ਹਮਲਾ ਕਰਨ ਦੇ ਲਈ ਸਿੰਘ ਤਿਆਰ ਬਰ ਤਿਆਰ ਨੇ, ਪਰ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਦਿੱਲੀ ਦੇ ਕਿਲੇ ਦੇ ਵਿੱਚ ਡਾਇਰੈਕਟ ਐਂਟਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਦਿੱਲੀ ਦਾ ਜਿਹੜਾ ਕਿਲਾ ਹੈ ਉਹਦੀਆਂ ਕੰਧਾਂ ਬਹੁਤ ਮਜ਼ਬੂਤ ਹੈ ਤੇ ਦਰਵਾਜ਼ੇ ਸਾਰੇ ਬੰਦ ਕੀਤੇ ਹੋਏ। ਹੁਣ ਸਭ ਤੋਂ ਵੱਡੀ ਸਮੱਸਿਆ ਇਹ ਸੀ ਵੀ ਕਿਲੇ ਦੇ ਅੰਦਰ ਕਿਵੇਂ ਜਾਇਆ ਜਾਏ। ਤਾਂ ਕੀ ਹੁੰਦਾ ਹੈ, ਜਿਹੜੇ ਸਰਦਾਰ ਬਘੇਲ ਸਿੰਘ ਹੋਰੀ ਹੈ, ਕਿਉਂਕਿ ਇਹ ਪਹਿਲਾਂ ਹੀ ਇਹਨਾਂ ਦਾ ਇਲਾਕਾ ਦਿੱਲੀ ਦੇ ਨੇੜੇ ਵਾਲਾ ਸੀ, ਇਹਨਾਂ ਨੂੰ ਉੱਥੋਂ ਦੀ ਖਾਸੀ ਨੌਲੇਜ ਸੀ। ਇਹਨਾਂ ਨੇ ਇੱਕ ਖਬਰੀ ਦੇ ਥਰੂ ਪਤਾ ਕਰਵਾਇਆ ਕਿ ਦਿੱਲੀ ਦੇ ਜਿਹੜਾ ਕਿਲਾ ਹੈ ਉਹਦੇ ਵਿੱਚ ਸਭ ਤੋਂ ਕਮਜ਼ੋਰ ਥਾਂ ਕੰਧ ਉਹ ਕਿੱਥੇ ਕਰਕੇ ਹੈ ਜਿੱਥੋਂ ਅਸੀਂ ਪਾੜ ਲਾ ਸਕੀਏ। ਤਾਂ ਖਬਰੀ ਨੇ ਦੱਸਿਆ ਕਿ ਫਲਾਣੀ ਥਾਂ ਦੇ ਉੱਤੋਂ ਜਿਹੜੀ ਕੰਧ ਹੈ ਉਹ ਅੰਦਰੋਂ ਬਿਲਕੁਲ ਖੋਖਲੀ ਹੈ, ਤੁਸੀਂ ਉੱਥੇ ਵਾਰ ਕਰੋ, ਉਹ ਕੰਧ ਟੁੱਟ ਜਾਏਗੀ। ਤਾਂ ਫਿਰ ਖਾਲਸੇ ਫੌਜ ਨੇ ਕੀ ਕੀਤਾ, ਉਸ ਥਾਂ ਦੱਸੀ ਹੋਈ ਥਾਂ ਦੇ ਉੱਤੇ ਜਾ ਕੇ ਕੰਧ ਦੇ ਬਾਹਰਲੇ ਪਾਸੇ ਇੱਕ ਦਰਖਤ ਪੁੱਟਿਆ, ਦਰਖਤ ਪੁੱਟ ਕੇ ਉਹਨੂੰ ਅੱਗੋਂ ਘੜ ਲਿਆ, ਜਿਵੇਂ ਪੈਨਸਲ ਘੜੀ ਜਾਂਦੀ ਹੈ, ਤਿੱਖਾ ਕਰ ਲਿਆ। ਉਹਦੇ ਨਾਲ ਲਗਾਤਾਰ ਵਾਰ ਵਾਰ ਜਿਹੜੇ ਆ ਉਹ ਵਾਰ ਕੀਤੇ ਗਏ ਕੰਧ ਦੇ ਉੱਤੇ, ਆਖਿਰਕਾਰ ਕੰਧ ਦੇ ਵਿੱਚ ਇੱਕ ਮੋਰੀ ਬਣ ਗਈ ਜਿਹਦੇ ਵਿੱਚੋਂ ਉਹ 30,000 ਫੌਜ ਜਿਹੜੀ ਹੈ ਕਿਲੇ ਦੇ ਵਿੱਚ ਦਾਖਲ ਹੋਈ। ਇਹ ਜਿਹੜੀ ਮੋਰੀ ਹੈ ਫਿਰ ਇਹਨੂੰ ਬਾਅਦ ਦੇ ਵਿੱਚ ਬੰਦ ਨਹੀਂ ਕੀਤਾ ਗਿਆ, ਇਹਨੂੰ ਯਾਦਗਾਰ ਵਾਸਤੇ ਜਿਹੜਾ 30,000 ਗੇਟ ਉੱਤੇ ਬਣਾ ਦਿੱਤਾ ਗਿਆ। ਅੱਜ ਵੀ ਦਿੱਲੀ ਦੇ ਵਿੱਚ ਮੌਜੂਦ ਹੈ ਇਹ 30,000 ਗੇਟ, ਜਿਹੜਾ ਖਾਲਸੇ ਦੀ ਜਿਹੜੀ ਤੇਗਾ ਮਾਰੀਆਂ ਦਿੱਲੀ ਦੇ ਵਿੱਚ ਉਹਦੀ ਗਵਾਹੀ ਭਰਦਾ। ਹੁਣ ਜਦੋਂ ਖਾਲਸਾ ਫੌਜ ਦਿੱਲੀ ਦੇ ਲਾਲ ਕਿਲੇ ਦੇ ਵਿੱਚ ਐਂਟਰ ਹੋ ਜਾਂਦੀ ਹੈ, ਤਾਂ ਜਿਹੜਾ ਉੱਥੋਂ ਦਾ ਬਾਦਸ਼ਾਹ ਹੁੰਦਾ ਹੈ ਸ਼ਾਹ ਆਲਮ ਦੂਜਾ, ਉਹ ਸਿੰਘਾਂ ਨੂੰ ਦੇਖ ਕੇ ਦਿੱਲੀ ਦੇ ਲਾਲ ਕਿਲੇ ਦੇ ਪਿਛਲੇ ਦਰਵਾਜ਼ੇ ਤੋਂ ਭੱਜ ਜਾਂਦਾ। ਤਾਂ ਆਖਰਕਾਰ 11 ਮਾਰਚ 1783 ਨੂੰ ਦਿੱਲੀ ਤਖਤ ਦੇ ਉੱਤੇ ਖਾਲਸੇ ਦਾ ਪੂਰਨ ਤੌਰ ਤੇ ਕਬਜ਼ਾ ਹੋ ਜਾਂਦਾ, ਖਾਲਸਾ ਉੱਤੇ ਕਾਬਜ ਹੋ ਜਾਂਦਾ। ਹੁਣ ਉਹ ਤਖਤ ਜਿਹੜੇ ਤਖਤ ਨੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਹੁਕਮ ਜਾਰੀ ਕੀਤੇ, ਉਹ ਤਖਤ ਜਿਹੜੇ ਤਖਤ ਨੇ 9ਵੇਂ ਪਾਤਸ਼ਾਹ ਦੀ ਸ਼ਹੀਦੀ ਦੇ ਹੁਕਮ ਜਾਰੀ ਕੀਤੇ, ਉਹ ਤਖਤ ਜਿਹੜੇ ਨੇ
ਸਾਹਿਬਜ਼ਾਦਿਆਂ ਦੀ ਸ਼ਹੀਦੀਆਂ ਦੇ ਹੁਕਮ ਜਾਰੀ ਕੀਤੇ। ਉਹ ਤਖ਼ਤ ਜਿਹੜੇ ਤਖ਼ਤ ਤੇ ਬੈਠੇ ਮੀਰ ਮੰਨੂ ਨੇ ਸਿੰਘਾਂ ਨੂੰ ਘੋੜਿਆਂ ਦੀਆਂ ਕਾਠੀਆਂ ਤੇ ਰਹਿਣ ਨੂੰ ਮਜਬੂਰ ਕੀਤਾ, ਉਹ ਤਖ਼ਤ ਜਿਹੜੇ ਤਖ਼ਤ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੇ ਉਹਦੇ ਛੋਟੇ ਜਿਹੇ 4 ਸਾਲਾਂ ਦੇ ਪੁੱਤਰ ਨੂੰ ਸ਼ਹੀਦ ਕਰਵਾਇਆ, ਉਹ ਤਖ਼ਤ ਅੱਜ ਖਾਲਸੇ ਦੇ ਜਿਹੜਾ ਪੂਰੀ ਤਰ੍ਹਾਂ ਕਬਜ਼ੇ ਦੇ ਵਿੱਚ ਸੀ। ਹੁਣ ਸ਼ਾਹ ਆਲਮ ਦੂਜਾ ਜਿਹੜਾ ਉਹ ਉੱਥੋਂ ਭੱਜ ਜਾਂਦਾ ਤੇ ਬਾਅਦ ਦੇ ਵਿੱਚ ਸ਼ਾਹ ਆਲਮ ਦੂਜਾ ਕੀ ਕਰਦਾ, ਉਹ ਬੇਗਮ ਸਮਰੂ ਦਾ ਸਹਾਰਾ ਲੈਂਦਾ। ਹੁਣ ਬੇਗਮ ਸਮਰੂ ਕੌਣ ਹੈ? ਬੇਗਮ ਸਮਰੂ ਇੱਕ ਅੰਗਰੇਜ਼ ਵਪਾਰੀ ਜਿਹੜਾ ਹੈ ਸੈਨਿਕ, ਉਹਦੀ ਘਰਵਾਲੀ ਹੈ, ਉਹਦੀ ਡੈਥ ਹੋ ਚੁੱਕੀ ਹੁੰਦੀ ਹੈ। ਉਸ ਤੋਂ ਬਾਅਦ ਦਾ ਜਿਹੜਾ ਸਾਰਾ ਕਾਰਜ ਹੈ ਉਹ ਬੇਗਮ ਸਮਰੂ ਦੇਖਦੀ ਹੈ ਤੇ ਬੇਗਮ ਸਮਰੂ ਦੀ ਇੱਕ ਵਾਰ ਸਰਦਾਰ ਬਘੇਲ ਸਿੰਘ ਨੇ ਜਾਨ ਬਚਾਈ ਸੀ। ਉਸ ਤੋਂ ਬਾਅਦ ਜਿਹੜੀ ਬੇਗਮ ਸਮਰੂ ਹੈ ਉਹ ਸਰਦਾਰ ਬਘੇਲ ਸਿੰਘ ਨੂੰ ਆਪਣਾ ਧਰਮ ਦਾ ਭਰਾ ਮੰਨਦੀ ਹੈ। ਸੋ ਇਹ ਸ਼ਾਹ ਆਲਮ ਦੂਜਾ ਬੇਗਮ ਨੂੰ ਸਰਦਾਰ ਬਘੇਲ ਸਿੰਘ ਦੇ ਕੋਲ ਭੇਜਦਾ ਹੈ ਦੋ ਬੇਨਤੀਆਂ ਲੈ ਕੇ। ਹੁਣ ਇਹ ਚੀਜ਼ ਧਿਆਨ ਚ ਰੱਖਿਓ, ਦੋ ਬੇਨਤੀਆਂ ਲੈ ਕੇ ਬੇਗਮ ਸਮਰੂ ਸਰਦਾਰ ਸਾਹਿਬ ਕੋਲ ਆਉਂਦੀ ਹੈ। ਉਹ ਕਹਿੰਦੀ ਹੈ ਕਿ ਸਰਦਾਰ ਸਾਹਿਬ ਤੁਸੀਂ ਮੇਰੀਆਂ ਦੋ ਬੇਨਤੀਆਂ, ਇੱਕ ਤੇ ਇਹ ਕਿ ਤੁਸੀਂ ਸ਼ਾਹ ਆਲਮ ਦੂਜੇ ਨੂੰ ਫੜ ਕੇ ਮਾਰਿਓ ਨਾ, ਤੇ ਦੂਜੀ ਬੇਨਤੀ ਇਹ ਹੈ ਕਿ ਤੁਸੀਂ ਵਾਪਸ ਪੰਜਾਬ ਚਲੇ ਜਾਓ। ਹੁਣ ਦੇਖੋ ਇਹ ਦੋ ਬੇਨਤੀਆਂ ਲੈ ਕੇ ਆ ਗਈਆਂ ਤੇ ਸਰਦਾਰ ਬਘੇਲ ਸਿੰਘ ਹੋਰੀ ਸੁਣ ਰਹੇ ਹੈ। ਜੇ ਕੋਈ ਹੋਰ ਹੁੰਦਾ ਉਹਨਾਂ ਦੀ ਥਾਂ, ਦਿੱਲੀ ਦਾ ਤਖ਼ਤ ਜਿੱਤਿਆ ਹੋਇਆ ਹੈ। ਹੁਣ ਵੇਖੋ ਖਾਲਸੇ ਦਾ ਵੱਡਾਪਣ ਵੇਖਿਓ, ਸਿੰਘਾਂ ਦੇ ਵਿੱਚ ਜਿਹੜੀ ਨਿਮਰਤਾ ਹੈ ਉਹ ਵੇਖਿਓ ਕਿੰਨੀ। ਜਿਹੜਾ ਮੁਗਲ ਤਖ਼ਤ ਜਿਹਨੂੰ ਜਿੱਤਣ ਵਾਸਤੇ ਮੁਗਲ ਲੋਕ ਜਿਹੜੇ ਹੈ ਇਹ ਮੁਗਲ ਰਾਜੇ ਆਪਣੇ ਭਰਾਵਾਂ ਤੱਕ ਦਾ ਕਤਲ ਕਰ ਦਿੰਦੇ ਸੀ, ਆਪਣੇ ਪਿਓ ਤੱਕ ਮਾਰੇ ਹੈ, ਦੂਜੇ ਪਾਸੇ ਮਰਾਠਿਆਂ ਨੇ ਵੀ ਜ਼ੋਰ ਲਾਇਆ ਪਿਆ ਸੀ, ਅੰਗਰੇਜ਼ਾਂ ਦਾ ਵੀ ਜ਼ੋਰ ਲੱਗਿਆ ਪਿਆ ਸੀ ਕਿਵੇਂ ਨਾ ਕਿਵੇਂ ਦਿੱਲੀ ਦਾ ਤਖ਼ਤ ਹਥਿਆ ਲਿਆ ਜਾਏ, ਪਰ ਖਾਲਸੇ ਦੇ ਅੰਡਰ ਆਇਆ ਹੋਇਆ ਤਖ਼ਤ। ਹੁਣ ਖਾਲਸੇ ਨੇ ਕਹਿ ਦਿੱਤਾ, ਸਰਦਾਰ ਬਘੇਲ ਸਿੰਘ ਹੋਰਾਂ ਨੇ ਉਸ ਬੇਗਮ ਦੀ ਬੇਨਤੀ ਨੂੰ ਮੰਨਿਆ, ਕਹਿੰਦੇ ਵੀ ਠੀਕ ਹੈ ਅਸੀਂ ਵਾਪਸ ਪੰਜਾਬ ਵੀ ਚਲੇ ਜਾਵਾਂਗੇ ਤੇ ਸ਼ਾਹ ਆਲਮ ਦੂਜੇ ਨੂੰ ਕਹਾਂਗੇ ਵੀ ਕੁਝ ਨਹੀਂ, ਪਰ ਸਾਡੀਆਂ 4 ਸ਼ਰਤਾਂ ਹੋਣਗੀਆਂ। ਹੁਣ ਇਹ ਬੇਗਮ ਸਮਰੂ ਨੂੰ 4 ਸ਼ਰਤਾਂ ਦੱਸਦੇ ਆ। 4 ਸ਼ਰਤਾਂ ਦੇ ਵਿੱਚ ਪਹਿਲੀ ਸ਼ਰਤ ਦੱਸਦੇ ਆ, ਕਹਿੰਦੇ ਵੀ ਜਿੱਥੇ ਜਿੱਥੇ ਗੁਰੂ ਸਾਹਿਬ ਆਏ ਹੈ ਦਿੱਲੀ ਦੇ ਵਿੱਚ ਉਹ ਸਾਰੇ ਸਥਾਨ ਜਿਹੜੇ ਹੈ ਉਹ ਬਾਹਰ ਕੱਢੇ ਜਾਣ, ਮਤਲਬ ਕਿ ਉਹਨਾਂ ਨੂੰ ਜਨਤਕ ਕੀਤਾ ਜਾਏ, ਕਿਉਂਕਿ ਉੱਥੇ ਜਾਣ ਦੀ ਪਹਿਲਾਂ ਮਨਾਹੀ ਸੀ। ਦੂਜੀ ਸ਼ਰਤ ਇਹ ਸੀ ਕਿ ਉਹਨਾਂ ਸਾਰੇ ਸਥਾਨਾਂ ਦੀ ਨਿਸ਼ਾਨਦੇਹੀ ਕਰਾਈ ਜਾਏ, ਨਿਸ਼ਾਨਦੇਹੀ ਕਰਾ ਕੇ ਪੱਕੇ ਤੌਰ ਤੇ ਉਹ ਸਿੱਖਾਂ ਨੂੰ ਸਮਰਪਿਤ ਕੀਤੇ ਜਾਣ। ਤੀਜੀ ਸ਼ਰਤ ਇਹ ਸੀ ਕਿ ਦਿੱਲੀ ਦੀ ਜਿਹੜੀ ਕੋਤਵਾਲੀ ਹੈ ਉਹ ਤੇ ਦਿੱਲੀ ਦਾ ਜਿਹੜਾ ਵਪਾਰ ਹੁੰਦਾ ਉਹਦੀ ਜਿਹੜੀ ਚੁੰਗੀ ਆਉਂਦੀ ਹੈ ਉਹਦਾ 37.5% ਹਿੱਸਾ ਉਹ ਖਾਲਸਾ ਫੌਜ ਨੂੰ ਦਿੱਤਾ ਜਾਏ। ਚੌਥੀ ਸ਼ਰਤ ਰੱਖੀ ਕਿ 4,000 ਫੌਜ ਦੇ ਨਾਲ ਸਰਦਾਰ ਬਘੇਲ ਸਿੰਘ ਉਹਨਾਂ ਚਿਰ ਦਿੱਲੀ ਦੇ ਵਿੱਚ ਰਹਿਣਗੇ ਜਿੰਨਾ ਚਿਰ ਸਾਡੇ ਗੁਰਧਾਮਾਂ ਦੀ ਸੇਵਾ ਪੂਰੀ ਨਹੀਂ ਹੋ ਜਾਂਦੀ। ਬਿਨਾਂ ਕਿਸੇ ਹਿਲ ਹੁਜਤ ਕੀਤਿਆਂ ਬੇਗਮ ਸਮਰੂ ਨੇ ਇਹ ਸਾਰੀ ਗੱਲ ਜਿਹੜੀ ਸ਼ਾਹ ਆਲਮ ਦੂਜੇ ਨੂੰ ਦੱਸੀ ਤੇ ਉਹਨੇ ਆਉਣ ਦਾ ਸਪੋਰਟ ਸਾਰੀਆਂ ਗੱਲਾਂ ਜਿਹੜੀਆਂ ਹੱਥ ਜੋੜ ਕੇ ਮੰਨ ਲਈ। ਹੁਣ ਜਦੋਂ ਦਿੱਲੀ ਦਾ ਤਖ਼ਤ ਛੱਡਣ ਦੀਆਂ ਤਿਆਰੀਆਂ ਹੋ ਰਹੀਆਂ, ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਇਹ ਦੋ ਸਰਦਾਰ ਵਾਪਸ ਪੰਜਾਬ ਨੂੰ ਜਾਣ ਦੀ ਤਿਆਰੀ ਕਰ ਰਹੇ ਹੈ ਤੇ ਤਿਆਰੀ ਕਰਦਿਆਂ ਕਰਦਿਆਂ ਮਨ ਦੇ ਵਿੱਚ ਆਉਂਦਾ ਹੈ ਜੱਸਾ ਸਿੰਘ ਰਾਮਗੜੀਆ ਦੇ, ਕਹਿੰਦੇ ਵੀ ਪੰਜਾਬ ਚੱਲੇ ਹਾਂ ਦਿੱਲੀ ਦਾ ਤਖ਼ਤ ਜਿੱਤਿਆ ਵੀ ਐਂ ਤਾਂ ਨਹੀਂ ਜਾਂਦੇ ਫਿਰ ਵਾਪਸ ਆਪਾਂ, ਕਹਿੰਦੇ ਵੀ ਇਹ ਤਖ਼ਤ ਨੇ ਬੜੇ ਜੁਰਮ ਕੀਤੇ ਆ ਸਾਡੇ ਤੇ, ਇੱਦਾਂ ਕਰਦੇ ਹਾਂ ਇਹ ਤਖ਼ਤ ਨੂੰ ਪੁੱਟੋ। ਉਹਨਾਂ ਸਰਦਾਰਾਂ ਨੇ ਫਿਰ ਤਖ਼ਤ ਨੂੰ ਪੁੱਟਿਆ, ਉਹਦੀ ਸਿੱਲ ਪੁੱਟੀ, ਸਿੱਲ ਪੁੱਟ ਕੇ ਉਹਨੂੰ ਘੋੜਿਆਂ ਦੇ ਪਿੱਛੇ ਬੰਨਿਆ, ਘੜੀਸ ਦੇ ਹੋਏ ਉਸ ਤਖ਼ਤ ਨੂੰ ਫਿਰ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਲੈ ਕੇ ਗਏ। ਉਹ ਤਖ਼ਤ ਖਾਲਸੇ ਨੇ ਉਸ ਦਿਨ ਗਿਣ ਗਿਣ ਕੇ ਬਦਲੇ ਲਏ, ਦਿੱਲੀ ਤੋਂ ਦਰਬਾਰ ਸਾਹਿਬ ਤੱਕ ਘੜੀਸਦਿਆਂ ਹੀ ਲੈ ਕੇ ਗਏ। ਮਤਲਬ ਕਿ ਇਸ ਤਰੀਕੇ ਨਾਲ ਇੱਕ ਜਿਵੇਂ ਕਹਿੰਦੇ ਆ ਨਾ ਵੀ ਚੀਚੀਆਂ ਆਉਂਦੀਆਂ ਸੀ ਉਹਨਾਂ ਨੂੰ, ਉਹ ਪੂਰਾ ਉਹਨਾਂ ਨੇ ਉਹਦੇ ਤੇ ਗੁੱਸਾ ਕੱਢਿਆ ਤੇ ਉਹ ਤਖ਼ਤ ਤੁਸੀਂ ਅੱਜ ਵੀ ਦੇਖ ਸਕਦੇ ਹੋ। ਉਹ ਸਿੱਲ ਜਿਹੜੀ ਇਤਿਹਾਸਕ ਸਿੱਲ ਹੈ ਉਹ ਦਰਬਾਰ ਸਾਹਿਬ ਰਾਮਗੜੀਆ ਬੁੰਗੇ ਦੇ ਵਿੱਚ ਅੱਜ ਵੀ ਮੌਜੂਦ ਹੈ। ਕਈ ਲੋਕ ਕਹਿੰਦੇ ਆ ਨਾ ਖਾਲਸੇ ਨੇ ਦਿੱਲੀ ਨਹੀਂ ਜਿੱਤੀ ਆਪਣੇ ਕੋਲੋਂ ਮਾਰਦੇ ਆ, ਮੈਂ ਕਹਿੰਦਾ ਦਰਬਾਰ ਸਾਹਿਬ ਜਾਓ ਰਾਮਗੜੀਆ ਬੁੰਗੇ ਦੇ ਵਿੱਚ ਅੱਜ ਵੀ ਸਬੂਤ ਪਿਆ ਮੁਗਲਾਂ ਦਾ, ਉਹ ਤਖ਼ਤ ਜਿਹੜਾ ਖਾਲਸੇ ਨੇ ਪੱਟ ਕੇ ਲਿਆਂਦਾ ਉੱਥੇ ਰੱਖਤਾ ਸੀ ਲਿਜਾ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ, ਕਿਉਂਕਿ ਬੜੇ ਜੁਰਮ ਕੀਤੇ ਸੀ ਨਾ ਗੁਰੂ ਘਰ ਤੇ ਉਸ ਤਖ਼ਤ ਨੇ, ਉਹ ਤਖ਼ਤ ਖਾਲਸੇ ਨੇ ਫਿਰ ਸਮਾਂ ਆਉਣ ਤੇ ਲਿਆ ਕੇ ਪੱਟ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਰੱਖਤਾ। ਫਿਰ ਉਸ ਤੋਂ ਬਾਅਦ ਕੀ ਹੁੰਦਾ ਹੈ, ਜਦੋਂ ਸਰਦਾਰ ਬਘੇਲ ਸਿੰਘ ਹੋਰੀ ਉੱਥੇ ਰਹਿ ਜਾਂਦੇ ਆ ਤੇ ਬਾਕੀ ਦੇ ਸਰਦਾਰ ਤਖ਼ਤ ਕੁੱਟ ਕੇ ਲੈ ਜਾਂਦੇ ਆ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਫਿਰ ਗੁਰੂ ਘਰਾਂ ਦੀ ਜਿਹੜੀ ਉਸਾਰੀ ਉਹ ਸ਼ੁਰੂ ਹੁੰਦੀ ਹੈ। ਪਹਿਲਾ ਗੁਰੂ ਘਰ ਬਣਾਇਆ ਗਿਆ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਹੋਈ। ਦੂਜਾ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਦੁਆਰਾ ਰਕਾਬਗੰਜ ਸਾਹਿਬ, ਜਿਹੜਾ ਲੱਖੀ ਸ਼ਾਹ ਬਣਜਾਰੇ ਦਾ ਘਰ ਸੀ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਧੜ ਦਾ ਸੰਸਕਾਰ ਕੀਤਾ ਗਿਆ ਸੀ, ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਤੀਜਾ ਗੁਰੂ ਘਰ ਬਣਾਇਆ ਗਿਆ ਮਜਨੂੰ ਘਾਟ ਟਿੱਲਾ, ਇੱਥੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਤੇ 6ਵੇਂ ਸਤਿਗੁਰੂ ਸ੍ਰੀ ਹਰਗੋਬਿੰਦ ਸਾਹਿਬ ਸਤਿਗੁਰੂ ਜੀ ਆਏ ਸੀਗੇ। ਤੇ ਚੌਥਾ ਗੁਰੂ ਘਰ ਗੁਰਦੁਆਰਾ ਬੰਗਲਾ ਸਾਹਿਬ ਜੋ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਯਾਦ ਦੇ ਵਿੱਚ ਬਣਾਇਆ ਗਿਆ, ਇਹ ਜੈਪੁਰ ਦੇ ਰਾਜੇ ਦਾ ਬੰਗਲਾ ਸੀ, ਉੱਥੇ ਗੁਰੂ ਸਾਹਿਬ ਰੁਕੇ ਸੀ, ਉਹ ਗੁਰੂ ਘਰ ਹੈ ਇਹ। ਉਸ ਤੋਂ ਬਾਅਦ ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਦੁਆਰਾ ਮੋਤੀ ਬਾਗ, ਇੱਥੇ ਗੁਰੂ ਕਲੰਗੀਧਰ ਸੱਚੇ ਪਾਤਸ਼ਾਹ ਰੁਕੇ ਸੀ। ਇੱਕ ਗੁਰਦੁਆਰਾ ਸਾਹਿਬ ਬਣਾਇਆ ਗਿਆ ਗੁਰਦੁਆਰਾ ਮਾਤਾ ਸੁੰਦਰੀ ਜੀ, ਇਹ ਮਾਤਾ ਸੁੰਦਰੀ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆ। ਤੇ ਸੱਤਵਾਂ ਗੁਰਦੁਆਰਾ ਸਾਹਿਬ ਉੱਥੇ ਜਿਹੜਾ ਸਰਦਾਰ ਬਘੇਲ ਸਿੰਘ ਹੋਰਾਂ ਨੇ ਬਣਵਾਇਆ ਉਹ ਗੁਰਦੁਆਰਾ ਬਾਲਾ ਸਾਹਿਬ ਹੈ, ਇੱਥੇ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਾਤਾ ਸੁੰਦਰੀ ਜੀ ਤੇ ਉਹਨਾਂ ਦੇ ਗੋਦਲੇ ਪੁੱਤਰ ਸਾਹਿਬ ਸਿੰਘ ਤੇ ਮਾਤਾ ਸਾਹਿਬ ਕੌਰ ਦਾ ਅੰਤਿਮ
ਜਦੋਂ ਫਿਰ ਬਾਅਦ ਦੇ ਵਿੱਚ ਸਰਦਾਰ ਬਘੇਲ ਸਿੰਘ ਹੋਰੀ ਵਾਪਸ ਆਉਣ ਲੱਗਦੇ ਹੈ ਤਾਂ ਸ਼ਾਹ ਆਲਮ ਦੂਜਾ ਕਹਿੰਦਾ ਕਿਉਂਕਿ ਉਹ ਤਖ਼ਤ ਤੇ ਬਹਿ ਜਾਂਦਾ ਹੈ, ਸੰਧੀ ਹੋ ਚੁੱਕੀ ਹੁੰਦੀ ਹੈ ਹਨਾ, ਤੇ ਬਘੇਲ ਸਿੰਘ ਹੋਰੀ ਪੰਜਾਬ ਨੂੰ ਆਉਣ ਲੱਗਦੇ ਹੈ ਤੇ ਇਹ ਕਹਿੰਦਾ ਸ਼ਾਹ ਆਲਮ ਦੂਜਾ ਕਿ ਮੈਂ ਸਰਦਾਰ ਬਘੇਲ ਸਿੰਘ ਨੂੰ ਮਿਲਾਂ। ਸਰਦਾਰ ਬਘੇਲ ਸਿੰਘ ਕਹਿੰਦੇ ਆ ਵੀ ਮੈਂ ਤੈਨੂੰ ਨਹੀਂ ਮਿਲ ਸਕਦਾ ਕਿਉਂਕਿ ਇੱਕ ਤੇ ਤੈਨੂੰ ਮਿਲਣ ਵਾਸਤੇ ਸਾਨੂੰ ਸਿਰ ਝੁਕਾਉਣਾ ਪਏਗਾ ਤੇ ਖਾਲਸਾ ਕਿਤੇ ਸਿਰ ਨਹੀਂ ਝੁਕਾਉਂਦਾ, ਦੂਜਾ ਤੈਨੂੰ ਮਿਲਣ ਆਉਣ ਵਾਸਤੇ ਸ਼ਸਤਰ ਤੋਂ ਜਿਹੜਾ ਬਿਨਾਂ ਜਾਣਾ ਪਏਗਾ, ਅਸੀਂ ਸ਼ਸਤਰ ਤੋਂ ਬਿਨਾਂ ਕਿਤੇ ਨਹੀਂ ਜਾਂਦੇ ਕਿਉਂਕਿ ਗੁਰੂ ਸਾਹਿਬ ਦਾ ਵਚਨ ਹੈ ਬਿਨਾਂ ਤੇ ਕੇਸੰਗ ਨਰੰਗ ਭੇਡ ਜਾਣ, ਬੰਦਾ ਭੇਡ ਦੀ ਤਰ੍ਹਾਂ ਹੈ ਕੇਸਾਂ ਤੋਂ ਬਿਨਾਂ ਤੇ ਸ਼ਸਤਰ ਤੋਂ ਬਿਨਾਂ। ਫਿਰ ਸ਼ਾਹ ਆਲਮ ਦੂਜਾ ਕਹਿੰਦਾ ਵੀ ਨਹੀਂ ਤੁਸੀਂ ਜਿਵੇਂ ਚਾਹੋ ਮੇਰੇ ਕੋਲ ਆ ਸਕਦੇ ਹੋ। ਫਿਰ ਸਰਦਾਰ ਬਘੇਲ ਸਿੰਘ ਹੋਰੀ ਹਾਥੀ ਦੇ ਉੱਤੇ ਬਹਿ ਕੇ ਪੂਰਾ ਲਾਮ ਲਸ਼ਕਰ ਲੈ ਕੇ ਸ਼ਸਤਰ ਸਜਾ ਕੇ ਜਿਹੜਾ ਉਹ ਦਿੱਲੀ ਦਰਬਾਰ ਦੇ ਵਿੱਚ ਜਾਂਦੇ ਆ ਸ਼ਾਹ ਆਲਮ ਦੂਜੇ ਕੋਲ, ਤੇ ਜਦੋਂ ਇਹ ਇਤਿਹਾਸ ਦੇ ਵਿੱਚ ਪ੍ਰੂਵਡ ਹੈ, ਇਹ ਗੱਲ ਤੁਸੀਂ ਪੜ੍ਹ ਸਕਦੇ ਹੋ ਇਤਿਹਾਸ ਦੇ ਵਿੱਚੋਂ ਬੋਲ ਰਿਹਾ, ਜਦੋਂ ਸਰਦਾਰ ਬਘੇਲ ਸਿੰਘ ਹੋਰੀ ਹਾਥੀ ਦੇ ਉੱਤੇ ਬਹਿ ਕੇ ਜਾ ਰਹੇ ਹੁੰਦੇ ਆ, ਉਸ ਵੇਲੇ ਉਹਨਾਂ ਦੇ ਅੱਗੇ ਜਿਹੜਾ ਦਰਬਾਰੀ ਹੈ ਉਹ ਬੋਲ ਰਿਹਾ ਹੁੰਦਾ ਕਿ ਸਾਵਧਾਨ ਖਾਲਸਾ ਜੀ ਆ ਰਹੇ ਹਨ, ਸਾਵਧਾਨ ਖਾਲਸਾ ਜੀ ਆ ਰਹੇ ਹਨ। ਉਸ ਤੋਂ ਬਾਅਦ ਦਰਬਾਰ ਦੇ ਮੂਹਰੇ ਜਾ ਕੇ ਸਰਦਾਰ ਜਿਹੜੇ ਬਘੇਲ ਸਿੰਘ ਜੀ ਹੋਰੀ ਹੈ ਉਹ ਹਾਥੀ ਤੋਂ ਉਤਰ ਕੇ ਘੋੜੇ ਤੇ ਸਵਾਰ ਹੁੰਦੇ ਆ ਤੇ ਸਣੇ ਘੋੜਾ ਦਰਬਾਰ ਦੇ ਵਿੱਚ ਜਾਂਦੇ ਆ ਤੇ ਉੱਥੇ ਜਾ ਕੇ ਜ਼ੋਰ ਦੀ ਗੱਜ ਕੇ ਜਿਹੜਾ ਉਹ ਜੈਕਾਰਾ ਲਾਉਂਦੇ ਆ ਬੋਲੇ ਸੋ ਨਿਹਾਲ ਦਾ, ਤੇ ਸ਼ਾਹ ਆਲਮ ਦੂਜਾ ਆਪਣੇ ਮੰਤਰੀਆਂ ਨੂੰ ਤੇ ਦਰਬਾਰੀਆਂ ਨੂੰ ਕਹਿੰਦਾ ਕਿ ਇਸ ਜੈਕਾਰੇ ਦਾ ਜਵਾਬ ਦਿੱਤਾ ਜਾਏ। ਇਹ ਗੱਲ ਵੀ ਇਤਿਹਾਸ ਦੇ ਵਿੱਚ ਰਿਕਾਰਡ ਤੇ ਹੈ ਕਿ ਉਸ ਵੇਲੇ ਮੁਗਲ ਦਰਬਾਰ ਦੇ ਵਿੱਚ ਖਾਲਸੇ ਦੇ ਜੈਕਾਰੇ ਲੱਗੇ। ਸੋ ਉਸ ਤੋਂ ਬਾਅਦ ਉੱਥੇ ਉਹਨਾਂ ਦਾ ਵਿਚਾਰ ਵਟਾਂਦਰਾ ਹੁੰਦਾ ਤੇ ਉਸ ਤੋਂ ਬਾਅਦ ਫਿਰ ਸਰਦਾਰ ਬਘੇਲ ਸਿੰਘ ਹੋਰੀ ਵਾਪਸ ਪੰਜਾਬ ਆ ਜਾਂਦੇ। ਸੋ ਇਸ ਤਰ੍ਹਾਂ ਖਾਲਸੇ ਨੇ 1783 ਦੇ ਵਿੱਚ ਜਿਹੜਾ ਉਹ ਦਿੱਲੀ ਨੂੰ ਫਤਿਹ ਕੀਤਾ। ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ, ਤੇ ਅਗਲੀ ਹੋਰ ਵੀਡੀਓ ਤੁਸੀਂ ਕਿਸ ਟੌਪਿਕ ਤੇ ਚਾਹੁੰਦੇ ਹੋ ਉਹ ਵੀ ਕਮੈਂਟ ਦੇ ਵਿੱਚ ਦੱਸਿਓ। ਆਪਾਂ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਤੱਥ ਇਕੱਠੇ ਕਰਕੇ ਤੁਹਾਡੇ ਸਾਹਮਣੇ ਰੱਖੇ ਜਾਣ। ਸਤਿ ਸ਼੍ਰੀ ਅਕਾਲ ਦੋਸਤੋ।